ਦੋਸਤੋ ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਦੋਸਤ ਸੁਰਿੰਦਰਪਾਲ ਸਿੰਘ। ਆਪਣਾ ਪ੍ਰੋਗਰਾਮ ਹੁੰਦਾ ਹੈ ਹਰ ਹਫ਼ਤੇ ਭੱਖ ਦੇ ਮਸਲਿਆਂ 'ਤੇ ਵਿਚਾਰ ਚਰਚਾ, ਅਤੇ ਆਪਣੇ ਨਾਲ ਹੁੰਦੇ ਨੇ ਭਾਈ ਜਸਕਰਨ ਸਿੰਘ ਸਿਵੀਆਂ। ਜੋ ਆਪਣੂੰ ਜੋ ਖਬਰਾਂ ਜੋ ਪਿਛਲੇ ਹਫ਼ਤੇ ਬੀਤਿਆ ਉਹਦੇ ਸੰਬੰਧੀ ਆਪਣੇ ਅਮੋਲ ਜਿਹੜੇ ਵਿਚਾਰ ਦਿੰਦੇ ਹੈ। ਅਤੇ ਸਿਵੀਆਂ ਸਾਹਿਬ ਦਾ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਅਗਲੀਆਂ ਵਿਚਾਰਾਂ ਕਰਾਂਗੇ। ਸਿਵੀਆਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਵੀਆਂ ਸਾਹਿਬ, ਗੱਲ ਹਰਿੰਦਰ ਸਿੰਘ ਖਾਲਸਾ ਜੋ ਕਿਸੇ ਸਮੇਂ ਅਕਾਲੀ ਦਲ ਦੇ MP ਰਹੇ, ਫਿਰ ਆਪ ਦੇ ਵੀ ਰਹੇ, ਉਹ BJP ਜੁਆਇਨ ਕਰ ਗਏ ਅਤੇ ਬਹੁਤ ਤਰ੍ਹਾਂ ਦਾ ਲੋਕ ਉਹਨਾਂ ਦਾ ਵਿਰੋਧ ਵੀ ਕਰ ਰਹੇ ਆ, ਸਿੱਖ ਜਥੇਬੰਦੀਆਂ ਵੀ ਅਤੇ ਹੋਰ ਲੋਕ ਵੀ ਰਾਜਨੀਤਿਕ ਤੌਰ 'ਤੇ ਵੀ ਉਹਨਾਂ ਨੇ ਜੁਆਇਨ ਕੀਤਾ ਦਿੱਲੀ ਜਾ ਕੇ। ਤੁਸੀਂ ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ? ਵੀ ਇੱਕ ਸਿੱਖ ਆਗੂ ਜਿਹਨੇ ਨਾਰਵੇ 'ਚ ਮੰਨ ਲਓ ਜੋਬ ਛੱਡੀ ਇੱਕ ਸਿੱਖੀ ਸਿਧਾਂਤਾਂ ਪਿੱਛੇ। ਸੁਰਿੰਦਰ ਜੀ, ਇਹ ਮਨ ਦੀ ਸਥਿਤੀ ਹੁੰਦੀ ਹੈ ਬੰਦੇ ਦੀ ਜੀ। ਅਸਲ ਦੇ ਵਿੱਚ ਜਿਹੜਾ ਹਰਿੰਦਰ ਸਿੰਘ ਨਾਰਵੇ ਹੈ, ਉਹ ਇੰਡੀਅਨ ਫੋਰਨ ਸਰਵਿਸ ਦਾ ਦੇ ਵਿੱਚ ਸਰਵਿਸ ਕਰਦਾ ਸੀ। ਭਾਰਤ ਵੱਲੋਂ ਉਹ ਨਾਰਵੇ ਦੇ ਵਿੱਚ ਦੂਤ ਸੀ ਜੀ। ਜਦੋਂ ਬਲਿਊ ਸਟਾਰ ਆਪਰੇਸ਼ਨ ਹੋਇਆ, ਉਦੋਂ ਜਿੱਥੇ ਹੋਰ ਬਹੁਤ ਸਾਰੇ ਲੋਕਾਂ ਨੇ ਆਪਦੇ ਉੱਚ ਅਹੁਦਿਆਂ ਨੂੰ ਲੱਤਾਂ ਮਾਰੀਆਂ ਰੋਸ ਵਜੋਂ, ਅਤੇ ਹਰਿੰਦਰ ਸਿੰਘ ਖਾਲਸਾ ਵੀ ਉੱਥੋਂ ਅਸਤੀਫਾ ਦੇ ਗਿਆ, ਅਤੇ ਸੁਭਾਵਿਕ ਸੀ ਲੋਕਾਂ ਦੇ ਮਨਾਂ ਦੇ ਵਿੱਚ ਵੀ ਉਹਦਾ ਸਤਿਕਾਰ ਵਧਣਾ। ਉਹਨਾਂ ਲੋਕਾਂ ਸਾਰਿਆਂ ਨੂੰ ਸਤਿਕਾਰ, ਕਿਉਂਕਿ ਸੁਭਾਅ ਹੈ ਸਿੱਖਾਂ ਦਾ, ਉਹ ਜਿੰਨਾ ਕੋਈ ਸਿੱਖੀ ਵੱਲ ਵੱਧਦਾ ਉਦੋਂ ਦੁੱਗਣਾ ਚੌਗਣਾ ਉਹਦਾ ਸਤਿਕਾਰ ਕਰਦੇ ਹੈ। ਜਦੋਂ ਉਹ ਅਸਤੀਫਾ ਦੇ ਕੇ ਭਾਰਤ ਆਇਆ, ਉਹਨੂੰ ਸ਼੍ਰੋਮਣੀ ਕਮੇਟੀ ਨੇ ਨੌਕਰੀ ਵੀ ਦਿੱਤੀ ਸਕੱਤਰ ਦੀ। ਉਸ ਤੋਂ ਬਾਅਦ ਅਕਾਲੀ ਦਲ ਨੇ ਉਹਨੂੰ ਬਠਿੰਡੇ ਤੋਂ ਆਪਦਾ ਉਮੀਦਵਾਰ ਬਣਾਇਆ, ਅਤੇ ਮੇਰੇ ਗੱਲ ਬੜੀ ਚੰਗੀ ਤਰ੍ਹਾਂ ਯਾਦ ਹੈ, ਉਦੋਂ ਲੋਕਾਂ ਨੇ ਇਸ ਲੈਵਲ 'ਤੇ ਉਹਦੀ ਮਦਦ ਕਰੀ, ਉਹਦੀ ਮੁਹਿੰਮ ਚਲਾਈ ਵੀ ਸ਼ਾਇਦ ਕਿਸੇ ਦੀ ਨਾ ਚੱਲੀ ਹੋਵੇ, ਵੀ ਕੁਰਬਾਨੀ ਦਾ ਪੁੰਜ ਹੈ ਹਰਿੰਦਰ ਸਿੰਘ ਖਾਲਸੇ ਨੂੰ ਜਿਤਾਉਣਾ ਹੈ, ਅਤੇ ਹਰਿੰਦਰ ਸਿੰਘ ਖਾਲਸਾ ਬਠਿੰਡੇ ਤੋਂ ਜਿੱਤ ਕੇ MP ਬਣ ਗਿਆ। ਉਹਨਾਂ ਨੇ ਲੋਕਾਂ ਦੀ ਭਾਵਨਾਵਾਂ ਦੀ ਕੋਈ ਕਦਰ ਨਹੀਂ ਕਰੀ। ਅਖੀਰ ਉਹਦਾ ਬਿਆਨ ਇਹ ਆ ਗਿਆ ਲੋਕਾਂ 'ਚ, ਉਦੋਂ ਬੜੀ ਚਰਚਾ ਹੋਈ ਸ਼ਾਇਦ ਤੁਹਾਡੇ ਯਾਦ ਹੋਵੇ, ਕਹਿੰਦਾ ਜੀ ਬਠਿੰਡੇ ਵਾਲਿਆਂ ਦਾ ਕੀ ਹੈ ਤਾਂ ਬਾਈ ਕਹਿੰਦੇ ਹੈ, ਅਤੇ ਬਠਿੰਡੇ ਵਾਲਿਆਂ ਨੂੰ ਅਕਲ ਨਹੀਂ, ਅਤੇ ਲੋਕਾਂ ਦਾ ਮਨ ਟੁੱਟ ਗਿਆ। ਉਦੋਂ ਬਾਅਦ ਅਕਾਲੀ ਦਲ ਤੋਂ ਭਵਾਨੇ ਹੀ ਸੀਟ ਮਿਲੀ, ਅਤੇ ਲੋਕਾਂ ਨੇ ਉਹਨੂੰ ਕੀ ਜਿਤਾਉਣਾ ਸੀ। ਫਿਰ ਉਹ MLA ਦੀ ਟਿਕਟ ਵੀ ਲੜਿਆ 5 ਗ੍ਰਾਈ ਤੋਂ, ਫਿਰ ਇੱਧਰ ਹੱਥ ਪੈਰ ਮਾਰਦਾ ਰਿਹਾ, ਅਤੇ ਲੋਕਾਂ 'ਚ ਸਤਿਕਾਰ ਉਹਦਾ ਇਸ ਗੱਲ 'ਤੇ ਬਹੁਤ ਘੱਟ ਚੁੱਕਿਆ ਸੀ। ਬਾਅਦ 'ਚ ਜਦੋਂ ਇੱਕ ਸਮਾਂ ਇਹ ਆਇਆ, ਲੋਕ ਤੀਜੇ ਬਦਲ ਦੀ ਭਾਲ ਦੇ ਵਿੱਚ ਸੀ ਵੀ ਕਾਂਗਰਸ ਅਕਾਲੀ, ਕਿਤੇ ਅਕਾਲੀ ਕਿਤੇ ਕਾਂਗਰਸ, ਵੀ ਕੋਈ ਨਾ ਕੋਈ ਤੀਜਾ ਬਦਲ ਆਵੇ। ਆਪ ਪਾਰਟੀ ਇੱਥੇ ਪੰਜਾਬ ਦੇ ਵਿੱਚ ਕਾਫੀ ਲੋਕਾਂ 'ਚ ਪ੍ਰਚਲਿਤ ਹੋਈ, ਅਤੇ ਆਪ ਪਾਰਟੀ ਨੂੰ ਵੀ ਨਵੀਆਂ ਜਿਹੜੀਆਂ ਪਾਰਟੀਆਂ ਹੁੰਦੀਆਂ ਉਹਨਾਂ ਨੂੰ ਕੁਝ ਕੁ ਜਿਨ੍ਹਾਂ ਦਾ ਮਗਰ ਪਿਛੋਕੜ ਕੋਈ ਕੁਰਬਾਨੀ ਵਾਲਾ ਹੋਵੇ ਜਾਂ ਲੋਕ ਜਿਨ੍ਹਾਂ ਨੂੰ ਖਿੱਚੇ ਜਾਣ ਉਹਨਾਂ ਦੀ ਭਾਲ 'ਚ ਹੁੰਦੀਆਂ, ਅਤੇ ਹਰਿੰਦਰ ਸਿੰਘ ਖਾਲਸੇ ਨੂੰ ਵੀ ਉਹਨਾਂ ਨੇ ਫਤਿਹਗੜ੍ਹ ਸਾਹਿਬ ਤੋਂ ਟਿਕਟ ਦੇ ਤੀ। ਚਲੋ ਹਨੇਰੀ ਸੀਗੀ ਉਹਨਾਂ ਦੀ, ਇਹ ਹਰਿੰਦਰ ਸਿੰਘ ਖਾਲਸਾ ਜਿੱਤ ਗਿਆ। ਜਿੱਤ ਕੇ ਉਦੋਂ ਬਾਅਦ ਵੀ ਇਹਦੇ ਬਿਆਨ ਆ ਜਿਹੜੇ ਆਪਦੀ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਆਉਂਦੇ ਰਹੇ, ਅਤੇ ਉਹਨੇ ਇੱਥੋਂ ਤੱਕ ਵੀ ਕਿਹਾ ਵੀ ਭਗਵੰਤ ਮਾਨ ਦੀ ਸੀਟ ਹੈ ਜਿਹੜੀ ਮੇਰੇ ਨਾਲ ਹੈ, ਇਹ ਸ਼ਰਾਬ ਪੀ ਕੇ ਆਉਂਦਾ, ਮੈਨੂੰ ਬਦਬੂ ਆਉਂਦੀਆਂ, ਉਲਟੀਆਂ ਆਉਂਦੀਆਂ। ਚਲੋ ਉਹਦਾ ਲੋਕਾਂ ਨੇ ਕੋਈ ਬਹੁਤਾ ਬੁਰਾ ਨਹੀਂ ਮਨਾਇਆ। ਹਾਂ, ਹੁਣ ਜਦੋਂ ਸਮਾਂ ਆਇਆ, ਵੇਖੋ ਕੁਰਸੀ ਦੀ ਲਾਲਸਾ ਭੁੱਖ ਕਿੰਨੀ ਹੈ, ਅਤੇ ਝੱਟ ਲੋਕਾਂ ਦਾ ਕੋਈ ਧਿਆਨ ਨਹੀਂ ਕਰਿਆ ਅਤੇ BJP 'ਚ ਜਾ ਵੜਿਆ। ਹੁਣ ਲੋਕ ਇਸ ਗੱਲ ਦੀ ਚਰਚਾ ਕਰ ਰਹੇ ਹੈ ਵੀ ਜਿਹੜਾ ਬੰਦਾ
ਸਿੱਖੀ ਸਿਧਾਂਤਾਂ ਦੀ ਗੱਲ ਕਰਦਾ ਹੋਵੇ, ਉਹ ਬੰਦਾ ਸਿੱਖੀ ਸਿਧਾਂਤਾਂ ਦੇ ਉਲਟ ਜਿਹੜੇ ਸਿੱਖੀ ਨੂੰ ਮਲੀਆਮੇਟ ਕਰਨ ਦੇ ਤੁਲੇ ਹੋਣ, ਉਹਨਾਂ ਦੇ ਵਿੱਚ ਕਿਵੇਂ ਜਾ ਵੜਿਆ? ਕੀ 84 ਵੇਲੇ ਇਹਦਾ ਮਤਲਬ ਇਹਦਾ ਫੈਸਲਾ ਗਲਤ ਸੀ? ਜਾਂ ਤਾਂ ਇਹ ਇਸ ਗੱਲ 'ਤੇ ਮੋਹਰ ਲਾਵੇ ਵੀ ਮੈਂ 84 ਵੇਲੇ ਗਲਤ ਸੀ, ਹੁਣ ਸਹੀ ਹਾਂ, ਜਾਂ ਹੁਣ ਕਹੇ ਮੈਂ ਹੁਣ ਗਲਤ ਹਾਂ ਉਦੋਂ ਸਹੀ ਸੀ। ਇਹ ਲੋਕਾਂ ਦੇ ਬੜੀ ਚਰਚਾ ਦਾ ਵਿਸ਼ਾ, ਅਤੇ ਸਿੱਖਾਂ ਦੇ ਜਿਹੜੇ ਕੋਈ ਹਰਿੰਦਰ ਖਾਲਸੇ ਦੀ ਕੁਰਬਾਨੀ ਨੂੰ ਮਾੜੀ ਮੋਟੀ ਮੰਨਦੇ ਸੀ, ਉਹ ਕੁਰਬਾਨੀ ਉਹ ਹੁਣ ਐਂ ਲੱਗਦੀ ਹੈ ਵੀ ਇਹਨੇ ਤਾਂ ਆਪਦੇ ਨਿੱਜ ਵਾਸਤੇ ਕਰਿਆ ਸੀ, ਕੁਰਸੀ ਦੀ ਲਾਲਸਾ ਉੱਧਰੋਂ ਉੱਧਰ, ਹੁਣ ਜੇ BJP 'ਚ ਨੇ ਨਾ ਕੁਛ ਦਿੱਤਾ ਉੱਧਰ ਹੋ ਜੂਗਾ। ਹੁਣ ਇੱਕ ਪਾਸੇ ਸਿੱਖਾਂ ਦੀ, ਜਦ ਤੁਹਾਨੂੰ ਪਤਾ ਹੈ ਵੀ ਸਾਰੇ ਲੋਕਾਂ ਨੂੰ ਇਹਨਾਂ ਨੇ ਅਡਵਾਨੀ ਦੀ ਵੀ ਪੜ੍ਹੀ ਹੋਊਗੀ, ਮਾਈ ਕੰਟਰੀ ਮਾਈ ਲਾਈਫ ਕਿਤਾਬ ਦੇ ਵਿੱਚ ਉਹ ਸਰਿਆਮ ਮੋਹਰ ਲਾਉਂਦੇ ਆ, ਇਹਦੇ ਨਾਲ ਤਾਂ ਚੰਗਾ ਹੁੰਦਾ ਉਹ ਅਕਾਲੀ ਦਲ ਹੀ ਜੁਆਇਨ ਕਰ ਜਾਂਦਾ। ਚੱਲ ਐਂ ਤਾਂ ਹੁੰਦਾ, ਭਾਵੇਂ ਅਕਾਲੀ ਦਲ ਵੀ ਤਾਂ ਸਿੱਖਾਂ ਦੀ ਹੁਣ ਵਿਰੋਧੀ ਪਾਰਟੀ ਬਣਦੀ ਜਾ ਰਹੀ ਹੈ, ਪਰ ਇਹ ਤਾਂ ਹੁੰਦਾ ਨਾ ਵੀ ਉਹਦੀ ਘਰ ਵਾਪਸੀ ਕਰ ਗਿਆ ਸੀ, ਹੁਣ ਤਾਂ ਘਰ ਵਾਪਸੀ ਵਾਲੀ ਗੱਲ ਵੀ ਨਹੀਂ ਰਹੀ, ਹੁਣ ਵੇਖੋ ਨੂੰ ਟਿਕਟ ਮਿਲਦੀ ਹੈ ਕੀ ਕਰਦੇ ਹੈ। ਪਰ ਲੋਕਾਂ ਦੀਆਂ ਚਰਚਾਵਾਂ ਜਿਹੜੀਆਂ ਲੋਕ ਇਹਦੇ ਕਾਰਨਾਮਿਆਂ ਤੋਂ ਪਹਿਲਾਂ ਵੀ ਉਦਾਸ ਸੀ ਅਤੇ ਹੁਣ ਵੀ ਉਦਾਸ ਜੀ। ਸਿਵੇਂ ਸਾਹਿਬ, ਗੱਲ ਇੱਕ ਅੱਗੇ ਕਾਰਸੇਵਾ ਵਾਲੇ ਬਾਬਿਆਂ ਦੀ ਹੈ, ਕਹਿੰਦੇ ਵੀ ਜਗਤਾਰ ਸਿੰਘ ਜੇ ਬਾਬਾ ਕਾਰਸੇਵਾ ਵਾਲੇ ਹੈ, ਉਹਨਾਂ ਨੇ ਤਰਨ ਤਾਰਨ ਵਿਖੇ ਜਿਹੜੀ ਇੱਕ ਇਤਿਹਾਸਿਕ 200 ਸਾਲ ਪੁਰਾਣੀ ਬਿਲਡਿੰਗ ਸੀ ਉਹਨੂੰ ਅੱਧੀ ਰਾਤ ਨੂੰ ਢਾਉਣਾ ਸ਼ੁਰੂ ਕੀਤਾ, ਅਤੇ ਜੇ ਉਹਦੀਆਂ ਵੀਡੀਓ ਵਾਇਰਲ ਹੋਈ, ਗੱਲਬਾਤ ਆਈ ਅਤੇ ਲੋਕਾਂ ਨੇ ਵਿਰੋਧ ਕੀਤਾ, ਉਹ ਕਹਿੰਦੇ ਹੁਣ ਵਿੱਚ ਕੰਮ ਰੋਕਤਾ। ਪਰ ਪਹਿਲਾਂ ਵੀ ਜਿਹੜਾ ਹੈ ਕਾਰਸੇ ਵਾਲਿਆਂ ਦੇ ਇਹ ਇਲਜ਼ਾਮ ਲੱਗਦੇ ਆ ਵੀ ਜਿਹੜੀਆਂ ਇਤਿਹਾਸਿਕ ਸਥਾਵਾਂ ਇਹ ਢਾਹ ਦਿੰਦੇ ਅਤੇ ਚਿੱਠਾ ਜਿਹੜਾ ਚਿੱਟਾ ਪੱਥਰ ਹੈਗਾ ਉਹ ਮੜ ਰਹੇ ਹੈ, ਅਤੇ ਇਹ ਸਾਰੇ ਜਿਹੜੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਅਸਲ ਕਿਸੇ ਕੌਮਾਂ ਨੂੰ ਖਤਮ ਕਰਨਾ ਹੋਵੇ ਉਹਦਾ ਸਭ ਤੋਂ ਪਹਿਲਾਂ ਇਤਿਹਾਸ ਹੀ ਖਤਮ ਕੀਤਾ ਜਾਂਦਾ ਜੀ, ਉਹਦੀਆਂ ਲਿਖਤਾਂ ਖਤਮ ਕਰ ਦਿਓ, ਉਹਦੇ ਬਾਹਰੀ ਦਿਸਦਾ ਇਤਿਹਾਸ ਆ ਜਿਹੜਾ ਉਹ ਖਤਮ ਕਰ ਦਿਓ। ਅਤੇ ਗੱਲ ਤੁਹਾਡੀ ਸਹੀ ਹੈ, ਜਿੰਨਾ ਨੁਕਸਾਨ ਆ ਅਨਪੜ੍ਹ ਚੋਲੇ ਵਾਲੇ ਕਾਰ ਸੇਵਾ ਵਾਲਿਆਂ ਨੇ ਕਰਿਆ ਸਿੱਖ ਧਰਮ ਦਾ, ਇੰਨਾ ਸ਼ਾਇਦ ਨੁਕਸਾਨ ਨਾ ਕੋਈ ਕਰ ਸਕੇ। ਇਹਨਾਂ ਨੇ ਸਾਡਾ ਛੱਡਿਆ ਹੀ ਕੁਛ ਨਹੀਂ, ਅਸੀਂ ਲੋਕਾਂ ਨੂੰ ਕੀ ਦੱਸਾਂਗੇ? ਅਸੀਂ ਚਮਕੌਰ ਦੀ ਕੱਚੀ ਗੜੀ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਵੀ ਇੱਥੇ ਐਡੀ ਅਸਾਵੀ ਜੰਗ ਹੋਈ, 40 ਸਿੰਘਾਂ ਨੇ 10.25 ਲੱਖ ਫੌਜ ਨਾਲ ਟੱਕਰ ਲਈ ਵੀ ਆ ਇੱਕ ਗੜੀ ਦੇ ਵਿੱਚ, ਅਤੇ ਉਹ 300 ਸਾਲ ਬਰਾ ਤਾਂ ਉਵੇਂ ਦੀ ਉਵੇਂ ਖੜੀ ਰਹਿੰਦੀ ਹੈ, ਸਾਂਭੀ ਰਹਿੰਦੀ ਹੈ। ਹੁਣ ਗੜੀ ਨੂੰ ਕੀ ਹੋਇਆ ਸੀ? ਗੁਰਦੁਆਰਾ ਬਣਾਤਾ, ਪੱਥਰ ਬਣਾਤਾ। ਜਦੋਂ ਕਰਨ ਨੂੰ ਕੋਈ ਗੱਲ ਕਰੂਗਾ, ਅਗਲਾ ਕਹਿੰਦਾ ਯਾਰ ਇਹ ਤਾਂ ਝੂਠ ਬੋਲਦੇ ਆ, ਕਿਹੜੀ ਗੜੀ ਸੀ? ਅਕਾਲ ਤਖ਼ਤ ਸਾਹਿਬ 'ਤੇ ਗੋਲੀਆਂ ਵੱਜੀਆਂ, ਹੋਰ ਕੌਮਾਂ ਕਿਵੇਂ ਨਿਸ਼ਾਨੀ ਸਾਂਭ ਸਕੀਆਂ? ਦਵਾ ਦਵ ਅਕਾਲ ਤਖ਼ਤ ਸਾਹਿਬ ਦੀ, ਉਹਦੀ ਕੋਈ ਮਾੜੀ ਮੋਟੀ ਨਿਸ਼ਾਨੀ ਤਾਂ ਰੱਖਦੇ ਵੀ ਲੋਕਾਂ ਨੂੰ ਦੱਸਣ ਜੋਗੇ ਹੁੰਦੇ ਵੀ ਹਿੰਦੁਸਤਾਨ ਦੀ ਫੌਜ ਨੇ ਇੱਥੇ ਅਟੈਕ ਕੀਤਾ ਸਿੱਖਾਂ 'ਤੇ, ਆਹ ਕੁਛ ਹੋਇਆ। ਇਹਨਾਂ ਨੇ ਤਾਂ ਛੱਡਿਆ ਹੀ ਕੁਛ ਨਹੀਂ, ਜਿੱਥੇ ਵੀ ਸਾਡਾ ਇਤਿਹਾਸਕ ਕੋਈ ਗੱਲ ਜੁੜੀ ਸੀ ਉਹ ਸਾਰਾ ਇਹਨਾਂ ਨੇ ਇੱਕ ਸਾਜਿਸ਼ ਦੇ ਤਹਿਤ ਇਹਨਾਂ ਨੇ ਸਾਰਾ ਮਲੀਆਮੇਟ ਕਰਤਾ। ਇਹਨਾਂ ਤੋਂ ਤਾਂ ਰੱਬ ਖਹਿੜਾ ਛਡਾਵੇ, ਚੋਲਿਆਂ ਚਾਲਿਆਂ 'ਚ ਦਿਸਦੇ ਆ ਇਹ ਵਿੱਚ, ਇਹਨਾਂ ਨੇ ਕੌਮ ਦਾ ਨੁਕਸਾਨ ਬਹੁਤ ਕਰਿਆ। ਅਗਲੀ ਗੱਲ ਸਿਵੀਆਂ ਸਾਹਿਬ, ਕੁਮਾਰ ਵਿਸ਼ਵਾਸ ਦੀ ਹੈ ਜੀ, ਉਹ ਪਿਛਲੇ ਸਮੇਂ ਵੀ ਉਹਨੇ ਸਿੱਖ ਧਰਮ ਦੇ ਜਿਹੜੇ ਸੀਗੇ ਉਹਨਾਂ ਖਿਲਾਫ਼ ਬੋਲਿਆ, ਹੁਣ ਵੀ ਉਹ ਕਾਫ਼ੀ ਕੁਛ ਜਿਹੜਾ ਹੈਗਾ ਸਿੱਖਾਂ ਬਾਰੇ ਬੋਲਿਆ, ਵਿਰੋਧ ਤੋਂ ਬਾਅਦ ਚਾਹੇ ਉਹ ਮਾਫ਼ੀ ਮੰਗ ਗਿਆ, ਪਰ ਉਹ ਹੰਕਾਰ 'ਚ ਮਤਲਬ ਜਿਵੇਂ ਹੁਣ ਆਪਣੇ ਆਪ ਨੂੰ ਵੱਡਾ ਕਵੀ ਮੰਨਿਆ ਜਾਂਦਾ, ਉਹ ਅਕਸਰ ਹੀ ਬੋਲਦਾ, ਫਿਰ ਉਹ ਛੇਤੀ ਮਾਫ਼ੀ ਮੰਗ ਜਾਂਦਾ, ਇਹਨੂੰ ਕਿਉਂ ਦੇਖਦੇ ਹੋ? ਕਿਉਂ ਬੋਲਦਾ ਹੈਗਾ ਇਸ ਗੱਲ ਨੂੰ ਲੈ ਕੇ? ਨਹੀਂ ਜੀ, ਬੋਲਦਾ ਤਾਂ ਉਹ ਇਸ ਕਰਕੇ ਹੈ, ਇੱਕ ਤਾਂ ਉਹਨੂੰ ਐਂ ਹੋ ਸਕਦਾ ਵੀ ਮੈਂ ਸ਼ਨੀ ਮੈਂ ਹੀ ਬਹੁਤ ਐਜੂਕੇਟ ਹੈ, ਹੋਰ ਕੋਈ ਪੜ੍ਹਿਆ ਹੀ ਨਹੀਂ। ਇੱਕ ਜਿਹੜਾ ਰਾਜ ਭਾਗ ਦੇ ਨਸ਼ੇ ਹੁੰਦੇ ਆ ਨਾ, ਉਹ ਇਸ ਗੱਲ 'ਚ ਬੋਲਦਾ ਵੀ ਸਿੱਖ ਤਾਂ ਅੱਜ ਸਾਡੇ ਗੁਲਾਮ ਨੇ, ਇਸ ਕਰਕੇ ਹੀ ਬੋਲ ਸਕਦਾ। ਅਤੇ ਜਦੋਂ ਉਹ ਬੋਲ ਜਾਂਦਾ ਉਹ ਪ੍ਰਚਲਿਤ ਹੋ ਜਾਂਦੀ ਹੈ, ਮੁੜ ਕੇ ਝੱਟ ਮਾਫ਼ੀ ਮੰਗ ਜਾਂਦਾ। ਹੁਣ ਉਹਨੂੰ ਭੋਲੇ ਮਾਨਸ ਨੂੰ ਐਂ ਨਹੀਂ ਪਤਾ ਵੀ ਸਿੱਖਾਂ ਦੇ ਜਿਹੜੇ 12 ਵਜਣ ਦੀ ਗੱਲ ਕਰਦਾ ਵੀ 12 ਵਜੇ ਕਿਉਂ,
ਸਿੱਖਾਂ ਦੇ ਸਿੱਖਾਂ ਪਿੱਛੇ 12 ਨਹੀਂ ਵੱਜੇ, ਸਿੱਖ ਨੇ ਤਾਂ ਸਾਡੀ ਭਾਈਚਾਰਕ ਸਾਂਝ ਨੂੰ ਸਾਂਭਦੇ ਹੋਏ ਅਤੇ ਜੇ ਲੜਕੀਆਂ ਛਡਾਈਆਂ ਦੂਜੇ ਫਿਰਕੇ ਦੀਆਂ ਛਡਾ ਛਡਾ ਕੇ ਘਰੇ ਪਹੁੰਚਾਉਂਦੇ ਸੀ ਨਾ 12 ਵਜੇ ਦਾ, 12 ਵਜੇ ਦਾ ਇਤਿਹਾਸ ਪੜ੍ਹੇ ਹੀ ਨਹੀਂ ਅਤੇ 11:30 ਵਜੇ 'ਤੇ ਚੁਟਕਲੇ ਬਣਾਈ ਜਾਂਦੇ ਆ, ਸਿੱਖੀ 'ਤੇ ਹੋਰ ਚੁਟਕਲੇ ਬਣਾਈ ਜਾਂਦੇ ਆ। ਹੁਣ ਇੱਕ ਚੁਟਕਲਾ ਬਣਾ ਕੇ ਛੱਡ ਦਿੰਦਾ, ਦੂਜੇ ਦੀ ਮਾਫ਼ੀ ਮੰਗ ਜਾਂਦਾ, ਹੁਣ ਮਾਫ਼ੀ ਮੰਗਿਆ, ਹੁਣ ਕਹਿੰਦਾ ਮੈਂ ਲਿਖੂੰਗਾ ਹੀ ਨਹੀਂ। ਅਤੇ ਤੈਨੂੰ ਕਿਹਾ ਵੀ ਪਹਿਲਾਂ ਕਿਹਨੇ ਕਿਹਾ ਸੀ ਵੀ ਤੂੰ ਲਿਖ, ਪਹਿਲਾਂ ਵੀ ਤਾਂ ਤੂੰ ਆਪਦੀ ਮਰਜ਼ੀ ਨਾਲ ਹੀ ਲਿਖਣ ਲੱਗਿਆ ਸੀ, ਚੰਗਾ ਤੂੰ ਫੈਸਲਾ ਲਿਆ ਨਾ ਲਿਖੇ, ਅਤੇ ਇਹ ਤਾਂ ਚੰਗੇ ਬੁੱਧੀਜੀਵੀ ਲੋਕ ਸ਼ੁਕਰ ਕਰਨਗੇ ਵੀ ਇਹ ਦੇਸ਼ 'ਚ ਸ਼ਾਂਤੀ ਬਣੀ ਰਹੂਗੀ, ਤੇਰੇ ਵਰਗੇ ਨਾ ਲਿਖਣਗੇ ਤਾਂ। ਵਿਸ਼ਵਾਸ ਕੁਮਾਰ ਵਰਗੇ ਬੰਦਿਆਂ ਤੋਂ ਦੇਸ਼ ਨੂੰ ਖਤਰਾ ਹੁੰਦਾ ਅਤੇ ਇਹਨਾਂ ਤੋਂ ਕੋਈ ਬਾਲੀ ਆਸ ਨਹੀਂ ਹੁੰਦੀ, ਅਤੇ ਇਹੋ ਜਿਹੇ ਬੰਦਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੀ ਹੁੰਦੀ। ਅਗਲੀ ਗੱਲ ਸਿਮੀਆਂ ਸਾਹਿਬ ਇਹ ਹੈ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਸੂਬਾ ਪ੍ਰਧਾਨ, ਉਹਨਾਂ ਦਾ ਸ੍ਰੀ ਸਾਹਿਬ ਕਹਿੰਦੇ ਡਿੱਗ ਪਿਆ ਅਤੇ ਉਹਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ, ਕਾਫੀ ਚਰਚਾ ਦਾ ਜਿਹੜਾ ਮਸਲਾ ਰਿਹਾ ਹੈ ਵੀ ਇੱਕ ਸ਼ਹੀਦਾਂ ਦੀ ਪਾਰਟੀ ਦੇ ਪ੍ਰਧਾਨ ਦਾ ਸ੍ਰੀ ਸਾਹਿਬ ਇਸ ਤਰ੍ਹਾਂ ਡਿੱਗ ਜਾਣਾ, ਇਹਨੂੰ ਕਿਵੇਂ ਦੇਖਦੇ ਹੋ? ਸ੍ਰੀ ਸਾਹਿਬ ਪਾਏ ਹੀ ਕਦੋਂ ਸੀ ਜੀ? ਅਸਲ 'ਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ ਨਾ, ਆਪਾਂ ਪਹਿਲਾਂ ਬਹੁਤ ਕਰੇ, ਬਹੁਤ ਵੱਡਾ ਇਤਿਹਾਸ ਹੈ, ਬੜੀਆਂ ਕੁਰਬਾਨੀਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੋਣ 'ਚ ਆਇਆ ਸੀ, ਬੜੀਆਂ ਵੱਡੀਆਂ ਕੁਰਬਾਨੀਆਂ। ਅਤੇ ਇਹਦੀ ਇੱਕ ਸੰਵਿਧਾਨ ਆ ਜਿਹੜਾ ਉਹ ਇਹ ਹੈ ਵੀ ਜੇ ਇਹਦਾ ਮੈਂਬਰ ਬਣਨਾ ਹੋਵੇ, ਪਹਿਲੀ ਸ਼ਰਤ ਸੀ ਵੀ ਉਹ ਅੰਮ੍ਰਿਤਧਾਰੀ ਹੋਣਾ ਚਾਹੀਦਾ। ਕੋਈ ਸਮਾਂ ਸੀ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਆ ਜਿਹੜਾ ਉਹ ਅੰਮ੍ਰਿਤਧਾਰੀ ਹੋ ਸਕਦਾ ਸੀਗਾ, ਅਤੇ ਪ੍ਰਧਾਨ ਜਿੰਨੇ ਬਣੇ ਆ ਹੁਣ ਤੱਕ, ਤੁਸੀਂ ਲੈ ਲਓ ਗੁਰਮੁਖ ਸਿੰਘ ਝਵਾਲ ਤੋਂ ਲੈ ਕੇ ਅੱਜ ਤੱਕ, ਅਤੇ ਸਾਰੇ 3 ਫੁੱਟੀ ਕਿਰਪਾਨ ਹੱਥ 'ਚ ਰੱਖਦੇ ਰਹੇ ਜੀ, ਟੌੜਾ ਸਾਹਿਬ ਤੱਕ ਰੱਖਦੇ। ਹਾਂ ਚਲੋ ਟੌੜਾ ਸਾਹਿਬ ਤਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨਹੀਂ ਰਹੇ ਭਾਵੇਂ, ਅਤੇ ਤਲਵੰਡੀ ਸਾਹਿਬ ਰਹੇ, ਹੋਰ ਰਹੇ, ਸਾਰੇ ਰੱਖਦੇ ਰਹੇ। ਅਤੇ ਜਦੋਂ ਸੁਖਬੀਰ ਨੂੰ ਪ੍ਰਧਾਨ ਬਣਾਤਾ ਅਤੇ ਉਦੋਂ ਫਿਰ ਇਹਨਾਂ ਨੇ ਇਹ ਕਹਿੰਦਾ ਮੈਂ ਸਰਕੂਲਰ ਪਾਰਟੀ ਬਣਾਉਣੀ ਹੈ, ਸੈਕੂਲਰ, ਪਰ ਜਦੋਂ ਦਵਾਜ ਪਿਆ ਅਤੇ ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤ ਛਕ ਲਿਆ ਇੱਕੋ ਦਿਨ, ਅਤੇ ਉਦੋਂ ਹੀ ਲੋਕਾਂ ਨੇ ਸ਼ਾਇਦ ਇਹਦਾ ਦਾੜਾ ਪ੍ਰਕਾਸ਼ ਵੇਖਿਆ ਅਤੇ ਹੱਥ 'ਚ ਸ੍ਰੀ ਸਾਹਿਬ ਵੇਖੀ, ਉਦੋਂ ਬਾਅਦ ਇਹਦੇ ਸ੍ਰੀ ਸਾਹਿਬ ਕਿਸੇ ਨੇ ਪਾਈ ਵੇਖੀ ਨਹੀਂ। ਹਾਂ ਅਤੇ ਉਹਦੀ ਇਹ ਹੋਇਆ ਵੀ ਪਿੱਛੇ ਜੇ ਤੁਸੀਂ ਵੇਖੋ ਪਾਣੀ ਦੀਆਂ ਪਛਾੜਾਂ ਮਾਰੀਆਂ, ਕੱਪੜੇ ਬੜੇ ਪਤਲੇ ਪਾਏ ਹੋਏ ਸੀ, ਸਾਰਾ ਸਰੀਰ ਦਿਸਦਾ ਸੀ, ਉਹਦੇ ਵਿੱਚ ਵੀ ਕਿਤੇ ਸ੍ਰੀ ਸਾਹਿਬ ਨਹੀਂ ਦਿਸੀ। ਹਾਲਾਂਕਿ ਵਿਰੋਧੀਆਂ ਨੇ, ਮੈਂ ਆਪਾਂ ਇਹ ਗੱਲ ਕਰਦੇ ਹਾਂ ਚਰਚਾ 'ਚ, ਇਹੋ ਜਿਹੀਆਂ ਟਿੱਪਣੀਆਂ ਤਾਂ ਨਹੀਂ ਕਰਨੀਆਂ ਚਾਹੀਦੀਆਂ ਨਿੱਜੀ ਉਹ, ਪਰ ਵਿਰੋਧੀ ਪਾਰਟੀਆਂ ਨੇ, ਚੰਨੀ ਨੇ ਇੱਥੋਂ ਤੱਕ ਇਲਜ਼ਾਮ ਲਾਇਆ ਵੀ ਸੁਖਬੀਰ ਆਪਦਾ ਗਾਤਰਾ ਵਿਖਾਵੇ, ਇਹ ਸੁਣਦਾ ਵੀ ਰਿਹਾ ਅਤੇ ਗਾਤਰਾ ਹੋਵੇ ਤਾਂ ਵਿਖਾਵੇ। ਅਤੇ ਹੁਣ ਜਦੋਂ ਵੋਟਾਂ ਆਈਆਂ, ਹੁਣ ਇਹਨਾਂ ਨੂੰ ਐਂ ਲੱਗਦਾ ਵੀ ਸ਼ਾਇਦ ਇਹ ਵਿਪਰਨ ਦੀਆਂ ਰੀਤਾਂ ਹੁੰਦੀਆਂ ਗੁਰੂ ਤੋਂ ਦੂਰ ਜਾਣ ਦੀਆਂ, ਚਲੋ ਸ਼੍ਰੀ ਸਾਹਿਬ ਜੇ ਪਾ ਲਿਆ ਸੀ, ਅਸਲ ਤਾਂ ਸ਼੍ਰੀ ਸਾਹਿਬ ਤਾਂ ਹੀ ਸਮਝਦਾ ਨਾ, ਸਿੱਖ ਰਹਿਤ ਦੀ 5 ਇਹਦੇ ਵਿੱਚ 5 ਕਕਾਰ ਨੇ, ਇਹਦੇ 4 ਬਜਰਤਕ ਰਹਿਤਾਂ ਹੈ। ਜੇ 5 ਕਕਾਰਾਂ ਦੀ ਜਿਹੜੀ ਉਹ ਹੈ ਵੀ ਉਹ ਸਰੀਰ ਤੋਂ ਜੁਦਾ ਨਹੀਂ ਕੀਤੇ ਜਾ ਸਕਦੇ, ਉਹ ਅੰਗ ਸੰਗ ਰਹਿੰਦੇ ਹੈ, ਵੀ ਕੰਘਾ, ਕੇਸ, ਕੜਾ, ਕਿਰਪਾਨ, ਕਛਹਿਰਾ। ਅਤੇ ਉਹਦੀ ਹੁਣ ਜਦੋਂ ਪਹਿਲਾਂ ਕਦੇ ਪਾਈ ਨਹੀਂ ਸੀ, ਉਹਦੀ ਪਾਉਣ ਦੀ ਉਹਨੂੰ ਜਾਂਚ ਹੀ ਨਹੀਂ ਹੋਣੀ, ਪਤਾ ਨਹੀਂ ਕਿਵੇਂ ਪਾਇਆ ਉਹ ਡਿੱਗ ਪਈ। ਅਤੇ ਡਿੱਗਣ ਨਾਲ ਵੀ ਕੋਈ ਬੜਾ ਫਰਕ, ਇਹਨਾਂ ਨੂੰ ਕੀ ਫਰਕ ਪੈਣਾ, ਉਹ ਤਾਂ ਧਾਰਮਿਕ ਲੋਕਾਂ ਵਾਸਤੇ ਹੁੰਦਾ ਨਾ, ਜਿਹਦੇ ਜਿਹਦਾ ਜਜ਼ਬਾਤ ਜਿਹੜਾ ਗੁਰੂ ਨੂੰ ਸਮਰਪਿਤ ਹੋਵੇ। ਅਤੇ ਹੁਣ ਹੋਰ ਵੀ ਬਥੇਰੀਆਂ ਗੱਲਾਂ, ਤੁਸੀਂ ਹੁਣ ਸਿੱਖੀ 'ਚ ਨਗ ਪਾਉਣੇ ਹੱਥਾਂ 'ਤੇ ਕਿਵੇਂ ਵੇਖ ਲਓ, ਇਹਨਾਂ ਦੇ ਸਾਰੇ ਟੱਬਰ 'ਤੇ ਨਗਾਂ ਨਾਲ ਹੱਥ ਭਰੇ ਹੋਏ, ਅਤੇ ਫਿਰ ਤਾਂ ਨਗ ਪਾਉਣੇ ਵੀ ਸਿੱਖੀ ਦੇ ਵਿੱਚ ਬਹੁਤ ਇੱਕ ਕਰਾਹਤ ਹੀ ਹੈ ਨਾ। ਹਾਂਜੀ ਹਾਂ, ਸਿਵੀਆਂ ਸਾਹਿਬ ਲਾਸਟ 'ਚ ਇਹ ਹੈ ਵੀ PDA ਵੱਲੋਂ ਬੈਂਸ ਭਰਾਵਾਂ ਦੇ ਖਾਤੇ 'ਚੋਂ, ਲੋਕ ਇਨਸਾਫ ਪਾਰਟੀ ਦੇ ਖਾਤੇ 'ਚੋਂ ਜਸਰਾਜ ਜੀ ਹੈ ਜੋ ਅਦਾਕਾਰ ਹੈ, ਉਹਨਾਂ ਨੂੰ ਸੀਟ ਜਿਹੜੀ ਸੰਗਰੂਰ ਤੋਂ ਦਿੱਤੀ ਹੈ। ਕਹਿੰਦੇ ਵੀ ਹੁਣ ਜਿਹੜੇ ਭਗਵੰਤ ਮਾਨ ਜੀ ਦਾ ਪੂਰਾ ਉੱਥੇ ਮੁਕਾਬਲਾ ਅਸੀਂ ਕਰਨਾ,
ਟਾਰਗੇਟ ਉਹਨਾਂ ਨੂੰ ਕੀਤਾ ਹੋਇਆ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਇਹ ਤਾਂ ਆਪਦੀ ਆਪਦੀ ਪਾਰਟੀ ਦੀ ਸੋਚ ਹੈ। ਆਪ ਪਾਰਟੀ ਨੇ ਭਗਵੰਤ ਮਾਨ ਨੂੰ ਟਿਕਟ ਦੇ ਤੀ, ਉਹ ਚੈਲੇਂਜ ਉਹ ਕਰ ਰਿਹਾ। ਉਧਰੋਂ ਸੁਖਵੀਰ ਕਹਿੰਦਾ ਭਗਵੰਤ ਮਾਨ ਮੇਰੇ ਮੁਕਾਬਲੇ ਆ, ਵੀ ਉਹ ਕਹਿੰਦਾ ਸੁਖਵੀਰ ਮੇਰੇ ਮੁਕਾਬਲੇ ਆ, ਇਹਨੇ ਚੈਲੇਂਜ ਕਰਿਆ ਸੀਗਾ। ਹੁਣ ਡੈਮੋਕ੍ਰੈਟਿਕ ਅਲਾਇੰਸ ਨੂੰ ਇਹ ਆਪਦਾ ਇਹ ਉਮੀਦਵਾਰ ਮਿਲ ਗਿਆ, ਸ਼ਾਇਦ ਹੁਣ ਉਹਨਾਂ ਨੂੰ ਜੱਸੀ ਸਾਹਿਬ ਤਕੜੇ ਉਮੀਦਵਾਰ ਲੱਗਦੇ ਹੁਣ, ਵੀ ਇੱਕ ਕਲਾਕਾਰ ਦੇ ਮੁਕਾਬਲੇ ਇੱਕ ਕਲਾਕਾਰ ਦਾ ਆਉਣਾ। ਅਤੇ ਇਹਦੇ 'ਚ ਹੁਣ ਬਠਿੰਡੇ ਤੋਂ ਜੱਸੀ ਜੀ ਨੇ ਇਲੈਕਸ਼ਨ ਲੜਿਆ, ਇੱਥੋਂ ਮੇਰਾ ਖਿਆਲ ਹੁਣ ਮੇਰੇ ਪੱਕੀ ਫਿਗਰ ਤਾਂ ਨਹੀਂ ਯਾਦ, ਸ਼ਾਇਦ 80,000 ਦੇ ਨੇੜ ਤੇੜ ਵੋਟ ਲੈ ਗਿਆ ਸੀਗਾ। ਹੁਣ ਸੰਗਰੂਰ 'ਚੋਂ ਇਹ ਸਥਿਤੀ ਆਮ ਲੋਕਾਂ ਦੀਆਂ ਜਦੋਂ ਚਰਚਾ ਸੁਣਦੇ ਹੈ, ਸੰਗਰੂਰ 'ਚੋਂ ਇਹ ਸਥਿਤੀ ਨਹੀਂ ਬਣੀ। ਚਲੋ ਇਹ ਤਾਂ ਪਾਰਟੀ ਦਾ ਅੰਦਰੂਨੀ ਮਸਲਾ ਹੈ ਨਾ, ਬਈ ਉਹਦਾ ਰਾਈਟ ਹੈ ਉੱਥੋਂ ਖੜ੍ਹਾ ਹੋਣਾ, ਪਾਰਟੀ ਨੇ ਉਹਨੂੰ ਖੜ੍ਹਾ ਕਰਿਆ। ਅਤੇ ਵੇਖੋ ਇਹਦੇ 'ਚ ਕੀ ਬਣਦਾ, ਬਥੇਰੇ ਪਾਰਟੀ ਦੇ ਉਮੀਦਵਾਰ ਆਉਣਗੇ, ਹੋਰ ਵੀ ਆਉਣਗੇ, ਲੜ ਸਕਦਾ ਉਹਦਾ, ਉਹਦਾ ਆਪਦਾ ਅੰਦਰੂਨੀ ਮਸਲੇ ਹੈ ਨਾ ਪਾਰਟੀਆਂ ਦੇ। ਬਹੁਤ ਬਹੁਤ ਸ਼ੁਕਰੀਆ ਸਿੰਘ ਸਾਹਿਬ, ਹਾਂਜੀ ਸਾਰਿਆਂ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।